नमस्कार, प्राइम न्यूज 24 में आपका स्वागत है। खबर पंजाब के बटाला से है, जहां बटाला में सीवरेज और सड़कों की हालत दिन ब दिन बदतर होते दिखाई दे रहे हैं और कुंभकर्ण की नींद सो रहे बटाला प्रशासन को जगाने के लिए दुखी बटालावासी रोष प्रदर्शन करने को मजबूर होते दिखाई दे रहे हैं। ताज़ा मामला बटाला में उमरापुरा चौक में तब देखने को मिला जब श्री हरगोविंदपुर सड़क पर पड़ती नई आबादी कॉलोनी के वासियों ने सड़क के मंदे हालातों के चलते उमरापुरा चौक से मिलती चार सड़कों को जाम कर रोड पर प्रदर्शन शुरू कर दिया। इस मौके पर लोगों ने प्रशासन और सरकार के खिलाफ जमकर नारेबाजी की। हालत गंभीर होते देख तहसीलदार बटाला मौके पर पहुँचे और लोगों को आश्वासन देने के बाद ही लोगों का गुस्सा शांत हुआ। रोष प्रदर्शन कर रहे लोगों का कहना था कि ऐसे मंदे हालात के पूरे बटाला के बने हुए हैं। उनका कहना था कि श्री हरगोविंदपुर सड़क पर सीवरेज के मंदे हालातों के चलते 24 घंटे गंदा पानी खड़ा रहता है और रोज़ाना इस रास्ते पे आने जाने वाले लोगों को मुश्किलों का सामना करना पड़ता है। सड़क के दोनों तरफ दुकानें और रिहायशी इलाका है और इस गंदे पानी की वजह से सड़क पर गुजरना मुश्किल हो जाता है। कई बार तो लोग इस कीचड़ भरी सड़क की वजह से फिसलकर गिर भी जाते हैं। उनका कहना था कि इस सड़क के ऐसे हालात काफ़ी समय से बने हुए हैं और प्रशासन ने कभी इसकी तरफ कोई ध्यान ही नहीं दिया। प्राइम न्यूज 24 के लिए बटाला से विक्की मलिक की खास रिपोर्ट। ਇਹ ਡਿਮਾਂਡ ਹੈ ਕਿ ਸਾਡੇ ਜਿਹੜਾ ਸੀਵਰੇਜ ਬੋਰਡ ਜਿਹੜਾ ਵਾ ਸਾਡੀ ਆ ਕੇ ਅਤੇ ਇਮੀਡੀਏਟ ਜਿਹੜਾ ਸੀਵਰੇਜ ਬਲੈਕ ਜੋ ਹੋਈ ਉਹ ਠੀਕ ਕਰੇ। ਇਹਨਾਂ ਨੂੰ ਇਹ ਰਿਕੁਐਸਟ ਕੀਤੀ ਗਈ ਆ ਕਿ ਤੁਸੀਂ ਆਪਣਾ ਮੈਂਬਰ ਨੂੰ ਸਮਝਿਓ, ਅਸੀਂ ਡਿਪਾਰਟਮੈਂਟ ਨੂੰ ਬੁਲਾ ਕੇ ਜਿਹੜਾ ਵਾ ਇਹਨਾਂ ਦੀ ਜੋ ਬਣਦੀ ਹੈ ਉਹਨਾਂ ਪੈਸਾ ਕਰਵਾ ਕੇ ਅਤੇ ਸ਼ੁਰੂ ਕਰਵਾ ਦਿੰਦੇ ਹਾਂ। ਪਰੰਤੂ ਇਹ ਕਹਿੰਦੇ ਨੇ ਕਿ ਅਸੀਂ ਜਿਹੜਾ ਤੁਹਾਨੂੰ ਕੋਈ ਮੈਂਬਰ ਨੂੰ ਨਹੀਂ ਦੇਣਾ ਅਤੇ ਇਹ ਹੁਣ ਇਹਨਾਂ ਦੀ ਆਪਸ 'ਚ ਜੋ ਇਹਨਾਂ ਦੀ ਮਰਜ਼ੀ ਹੈਗੀ ਆ ਅਤੇ ਦੇਖੋ ਅਸੀਂ ਤਾਂ ਇਹਨੂੰ ਕਹਿ ਸਕਦੇ ਵੀ ਤੁਸੀਂ ਸਾਨੂੰ ਜ਼ਬਰਦਸਤੀ ਦਿਓ, ਪਰ ਜੋ ਸਾਨੂੰ ਇਹ ਰਿਕੁਐਸਟ ਐਪਲੀਕੇਸ਼ਨ ਅਪਲਾਈ ਕਰਨਗੇ ਉਹ ਤਾਂ ਅਸੀਂ ਯੋਗ ਕਰਨ ਯੂਜ ਕਰਾਂਗੇ। ਦੇਖੋ ਜੀ ਲੇਕਿਨ ਇਹ ਤਾਂ ਕਿਸਾਨ ਡਿਪਾਰਟਮੈਂਟ ਦੀ ਅਲੱਗ ਹੀ ਹੈ, ਅਸੀਂ ਤਾਂ ਇਹਨਾਂ ਦਾ ਸਿਰਫ ਤਾਲਬੇ ਕਰਾ ਕੇ ਸ਼ੁਰੂ ਕਰਨ ਵਾਸਤੇ ਇਹਨਾਂ ਨੂੰ ਹਦਾਇਤ ਕਰਾਂਗੇ ਵੀ ਜਲਦੀ ਜਲਦੀ ਕੀਤਾ ਜਾਵੇ। ਬਾਕੀ ਸਾਰੇ ਉੱਥੇ ਤਾਂ ਕਰਦੇ ਧਿਆਨ 'ਚ ਵਾ ਇਹ ਚੀਜ਼, ਕਿਉਂਕਿ ਜਿਹੜੀ ਆ ਫਾਈਨਲ ਡਿਸੀਜਨ ਜਿਹੜਾ ਵਾ ਜਾਂ ਜਿਹੜੀ ਵੀ ਕਾਰਵਾਈ ਆ ਉਹ ਸੰਬੰਧਿਤ ਮਹਿਕਮੇ ਵੱਲੋਂ ਕੀਤੀ ਜਾਣੀ ਆ। ਉਹਨਾਂ ਨੂੰ ਬੁਲਾ ਕੇ ਅਸੀਂ ਜਿਹੜਾ ਇੰਸਟਰਕਸ਼ਨ ਦੇਵਾਂਗੇ ਵੀ ਇਮੀਡੀਏਟ ਕਰਵਾਇਆ ਜਾਵੇ। ਅੱਜ ਦਾ ਜਿਹੜਾ ਧਰਨਾ ਪ੍ਰਦਰਸ਼ਨ ਜਿਹੜਾ ਆਪਣਾ ਸ਼੍ਰੀ ਹਰਗੋਬਿੰਦਪੁਰ ਰੋਡ ਨਵੀਂਵਾਦੀ ਵਾਲਿਆਂ ਨੇ ਲਗਾਇਆ ਗਿਆ, ਉਹਦੇ 'ਚ ਬਤੌਰ ਸ਼ਿਵ ਸੈਨਾ ਹਿੰਦੁਸਤਾਨ ਮੈਂ ਸ਼ਾਮਿਲ ਹੋਇਆ। ਇਹਨਾਂ ਨੇ ਮੈਨੂੰ ਇਨਵਾਈਟ ਕੀਤਾ ਸੀ। ਅੱਜ ਇਹ ਨਹੀਂ ਕਿ ਤੁਸੀਂ ਕਹਿ ਸਕਦੇ ਸ਼੍ਰੀ ਹਰਗੋਬਿੰਦਪੁਰ ਰੋਡ ਦਾ ਹੀ ਇਹ ਹਾਲਾਤ ਹੈ, ਇਸਲੇ ਪੂਰੇ ਸ਼ਹਿਰ ਦੇ ਐਸੇ ਹਾਲਾਤ ਹੋ ਚੁੱਕੇ ਆ ਕਿ ਜਿਹੜਾ ਬਟਾਲੇ ਨੂੰ ਇਸਲੇ ਸ਼ਹਿਰ ਕਹਿਣ ਵਿੱਚ ਵੀ ਸਾਨੂੰ ਜਿਹੜੀ ਇਹ ਸ਼ਰਮਿੰਦਗੀ ਮਹਿਸੂਸ ਹੋ ਰਹੀ ਆ। ਅਤੇ ਜਿਹੜਾ ਬਟਾਲਾ ਇਸ ਤੋਂ ਪਹਿਲਾਂ ਜਿਹੜਾ ਨਰੇਸ਼ ਅਤੇ ਲੋਧੀ ਨਗਰ ਦੀ ਲੜਾਈ ਨੂੰ ਬਟਾਲੇ ਨੇ ਭੋਗਿਆ, ਜਿਹੜੀ ਲੀਡਰਾਂ ਦੀ ਲੜਾਈ ਜਿਹੜੀ ਇਹ ਭੋਗਣੀ ਜਿਹੜੀ ਇਹ ਬਟਾਲੇ ਨੂੰ ਪੈਂਦੀ ਆ। ਹੁਣ ਜਿਹੜੀ ਸੇਖਰੀ ਦੀ ਅਤੇ ਮੰਤਰੀ ਸਾਹਿਬ ਦੀ ਝਗੜਾ ਚੱਲਣ ਡਿਆ, ਇਹ ਜਿਹੜਾ ਭੁਗਤਣਾ ਸਾਨੂੰ ਪੈਣ ਡਿਆ। ਅਸੀਂ ਚਾਹੁੰਦੇ ਹਾਂ ਕਿ ਜਿਹੜੇ ਲੀਡਰਾਂ ਦੀ ਝਗੜਾ ਇਹ ਆਪਸ ਵਿੱਚ ਬਹਿ ਕੇ ਅੰਦਰ ਨਿਪਟਾਉਣ ਅਤੇ ਜਿਹੜਾ ਬਟਾਲੇ ਦੇ ਲੋਕਾਂ ਦਾ ਜਿਹੜਾ ਬਣਦਾ ਹੱਕ ਉਹਨਾਂ ਨੂੰ ਦੇਣ, ਸ਼ਹਿਰ ਦੇ ਹਾਲਾਤਾਂ ਨੂੰ ਸੁਧਾਰਨ। ਨਹੀਂ ਤਾਂ ਅੱਜ ਇਸ ਇਲਾਕੇ ਨੇ ਲਾਇਆ ਤਾਂ ਆਮ ਇੱਕ ਗੱਲ ਹੋ ਜਾਏਗੀ। ਬਟਾਲੇ ਤਕਰੀਬਨ ਰੋਜ਼ ਦਾ ਰੋਜ਼ ਇੱਕ ਨਾ ਕੋਈ ਧਰਨਾ ਲੱਗੇਗਾ ਜਿਹੋ ਜਿਹੇ ਇਸਲੇ ਹਾਲਾਤ ਚੱਲ ਰਹੇ ਬਟਾਲੇ। ਇਹ ਜੀ ਵਾਰਡ ਨੰਬਰ 14 ਸ਼੍ਰੀ ਹਰਗੋਬਿੰਦਪੁਰ ਰੋਡ ਕਾਫੀ ਟੁੱਟਿਆ ਹੋਇਆ 15 ਸਾਲ ਤੋਂ। ਵੱਡੀਆਂ ਸਰਕਾਰਾਂ ਆਈਆਂ, ਅਕਾਲੀ ਦਲ ਵੀ ਆਈ, ਕਾਂਗਰਸ ਵੀ ਆਈ, ਹੋਰ ਵੀ ਲੀਡਰ ਬਹੁਤ ਆਉਂਦੇ ਨੇ, ਫੋਟੋਆਂ ਫੜਨਾ ਖਿਚਾ ਕੇ ਗਾਂਹ ਜਾਂਦੇ ਨੇ, ਕੋਈ ਵੀ ਇਹਦਾ ਕੋਈ ਹੱਲ ਨਹੀਂ ਕਰਦਾ। ਅਤੇ ਬਾਕੀ ਇੱਥੇ ਮੌਤਾਂ ਵੀ ਹੋ ਚੁੱਕੀਆਂ ਨੇ, 4-5 ਬਜ਼ੁਰਗਾਂ ਦੀਆਂ, ਬੱਚਿਆਂ ਦੀਆਂ ਬਾਹਾਂ ਟੁੱਟ ਜਾਂਦੀਆਂ ਜਦੋਂ ਸਕੂਟਰੀ ਸਲਿੱਪ ਕਰ ਜਾਂਦੀ ਆ, ਡਿੱਗਦੇ ਆ, ਐਕਸੀਡੈਂਟ ਬਹੁਤ ਹੁੰਦੇ ਆ। ਜਿਹੜਾ ਸੀਵਰੇਜ ਅਤੇ ਜਾਂ ਜਿਹੜਾ ਸਾਡਾ ਰੋਡ ਆ ਨਾ, ਇਹਦੀ ਕੋਈ ਵੀ ਸੁਣਵਾਈ ਨਹੀਂ ਹੈਗੀ। ਇੱਕ 8 ਕਰੋੜ ਰੁਪਈਆ ਆਇਆ ਵਾ ਬਟਾਲੇ ਨੂੰ 1-2-3 ਮਹੀਨੇ ਪਹਿਲਾਂ, ਉਹ ਪਤਾ ਹੀ ਨਹੀਂ ਜੇ ਕਿੱਥੇ ਲੱਗਾ ਜੇ। ਅਤੇ ਬਾਕੀ ਸਾਡੀ ਮੰਗ ਇਹ ਆ ਵੀ ਇੱਥੇ ਸੀਵਰੇਜ ਸਾਫ਼ ਕਰਨ ਵਾਲੀਆਂ ਗੱਡੀਆਂ ਆਈਆਂ ਵਾ, ਉਹਨਾਂ ਨੂੰ ਤੁਰੰਤ ਹੁਣੇ ਇੱਥੇ ਭੇਜਿਆ ਜਾਵੇ ਅਤੇ ਜਿਹੜਾ ਸਾਡੇ ਰੋਡ ਦਾ ਕੰਮ ਸ਼ੁਰੂ ਕਰਾਇਆ ਜਾਵੇ, ਫਿਰ ਅਸੀਂ ਧਰਨਾ ਚੁੱਕਾਂਗੇ। ਨਹੀਂ ਤਾਂ ਇਹ ਅਣਮਿੱਥੇ ਸਮੇਂ ਵਾਸਤੇ ਸ਼੍ਰੀ ਹਰਗੋਬਿੰਦਪੁਰ ਰੋਡ ਬੰਦ ਕਰ ਦਿੱਤਾ। 8 ਧਰਨੇ ਲਾਏ ਜੀ, 6 ਅਲਟੀਮੇਟ ਦਿੱਤੇ, ਬਾਕੀ ਪੇਪਰਾਂ ਦੇ ਮੀਡੀਆ ਦੇ ਵਿੱਚ ਤਾਂ ਮੇਰੇ ਖਿਆਲ ਨਾਲ 8 ਦਿਨ ਤੋਂ ਲਗਾਤਾਰ ਚੱਲਣ ਡਿਆ ਹੈ। ਕੋਈ ਵੀ ਨਹੀਂ ਪੁੱਛ ਗਿੱਛ ਵੀ ਕੋਈ ਨਹੀਂ ਕਰਨਾ। ਤਹਿਸੀਲਦਾਰ ਆਇਆ ਸੀਗਾ, ਉਹ ਸਾਨੂੰ ਕਹਿ ਗਿਆ ਕਹਿੰਦਾ ਕਿ ਤੁਸੀਂ ਮੈਨੂੰ ਦੇ ਦਿੰਦੇ ਹੋ, ਮੈਂ ਫੋਟੋ ਕਾਪੀ ਕਰਾ ਕੇ ਅਤੇ ਗਾਡੀ SDM ਨੂੰ ਦੇ ਦਿੰਦੇ ਹਾਂ, ਅਤੇ SDM ਅਜੇ ਤੱਕ ਸਾਡੇ ਕੋਲ ਮੰਗ ਪੱਤਰ ਲੈਣ ਨਹੀਂ ਜਾਇਆ। 15 ਧਰਨੇ ਲਾਤੇ। ਇਹੋ ਜਿਹਾ ਜਿਹੜਾ ਪੈਸਾ ਹੁਣ 8 ਕਰੋੜ ਰੁਪਈਆ ਆਇਆ ਵਾ, ਹੁਣ ਜਿਹਦੇ ਕੋਲ ਆਇਆ ਵਾ ਉਹ ਦੱਸੇ, ਸਾਹਮਣੇ ਆਵੇ, ਜਨਤਾ ਦੇ ਵਿੱਚ ਸਾਹਮਣੇ ਆਵੇ। ਇਹ ਆਪਣੇ ਪੈਸੇ ਪੁਏ ਆਪਣੀਆਂ ਗੱਡੀਆਂ ਗੁੱਡੀਆਂ ਖਰੀਦੀ ਜਾਂਦੇ ਆ, ਕੋਠੀਆਂ ਕਾਠੀਆਂ ਖਰੀਦੀ ਜਾਂਦੇ, ਪੈਟਰੋਲ ਪੰਪ ਆਪਣੇ ਲਾਈ ਜਾਂਦੇ ਆ। ਇਹ ਜਿਹੜੇ ਗਰੀਬ ਬੰਦੇ ਆ, ਇਹਨਾਂ ਦੀ ਕੋਈ ਸੁਣਵਾਈ ਨਹੀਂ।
अगे हम श्री हरगोबिंदपुर अनमिथे समय वास्ते पक्का बंद करता, जो फिर भी कोई सुनवाई नहीं हुई अज मैं ही वड्डा एक ऐलान करांगे, कोई घट तो घट 1000 ही बंदे लैके फिर पाकिस्तान वाली बसा दोवें घेर के बह जाएंगे। आने वाली जी लोग सभा वा उहदे विच साडे इत्थे जिहड़े आ धरने दे विच बैठे ने 6 MC ने साडे अपने, उधरों अं जी अगलिया वोटा होना MP दी आने वाली वह बाईकाट करांगे।